ਸੈਕਟਰ 14 ਵਿਖੇ ਨਾਈਟ ਫੂਡ ਸਟਰੀਟ ਅਤੇ ਸੈਕਟਰ 56 ਵਿਚ ਗੋਲੀਬਾਰੀ ਦੇ ਮਾਮਲੇ ਵਿਚ ਮੁਲਜ਼ਮ ਵਿਜੇ ਸਮੇਤ 4 ਵਿਅਕਤੀਆਂ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਧਨਾਸ ਝੀਲ ਨੇੜਿਓ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸੈਕਟਰ 25 ਦੇ ਵਸਨੀਕ ਵਿਜੇ, ਸੁਮਿਤ, ਪ੍ਰਸ਼ਾਂਤ ਅਤੇ ਗੌਤਮ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਹੋਏ ਹਨ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ। ਜ਼ਿਲ੍ਹਾ ਕ੍ਰਾਈਮ ਸੈੱਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲਾ ਵਿਜੇ ਆਪਣੇ ਸਾਥੀਆਂ ਨਾਲ ਧਨਾਸ ਜਾ ਰਿਹਾ। ਪੁਲਿਸ ਟੀਮ ਨੇ ਨਾਕਾ ਲਗਾ ਕੇ ਕਾਰ 'ਚ ਸਵਾਰ ਸਾਰਿਆਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਵਿਜੇ ਨੇ ਦੱਸਿਆ ਕਿ 31 ਅਗਸਤ ਦੀ ਰਾਤ ਨੂੰ ਉਹ ਆਪਣੇ ਦੋਸਤਾਂ ਸੁਮਿਤ, ਪ੍ਰਸ਼ਾਂਤ ਅਤੇ ਗੌਤਮ ਨਾਲ ਰਾਤ ਦਾ ਖਾਣਾ ਖਾਣ ਲਈ ਨਾਈਟ ਸਟਰੀਟ ਗਿਆ ਸੀ। ਉੱਥੇ ਬਿੱਲ ਨੂੰ ਲੈ ਕੇ ਮੈਨੇਜਰ ਨਾਲ ਬਹਿਸ ਤੋਂ ਬਾਅਦ ਉਨ੍ਹਾਂ ਨੇ ਗੋਲੀ ਚਲਾ ਦਿੱਤੀ ਅਤੇ ਭੱਜ ਗਏ। ਇਸ ਤੋਂ ਬਾਅਦ ਵਿਜੇ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਸੈਕਟਰ 56 ਦੇ ਰਹਿਣ ਵਾਲੇ ਨਾਈਟ ਦਾ ਕਤਲ ਕਰ ਦਿੱਤਾ। ਉਹ ਸਟਰੀਟ ਫੂਡ ਸਟਾਲ ਦੇ ਮਾਲਕ ਰੋਬਿਨ ਦੇ ਘਰ ਗਏ ਅਤੇ 4 ਗੋਲੀਆਂ ਫਾਇਰ ਕਰ ਫਰਾਰ ਹੋ ਗਏ। ਜਿੱਥੇ ਸੈਕਟਰ 39 ਥਾਣੇ ਦੀ ਪੁਲਿਸ ਨੇ ਰੋਬਿਨ ਦੀ ਸ਼ਿਕਾਇਤ ਤੇ ਵਿਜੇ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ। ਦੱਸ ਦਿੰਨੇ ਆ ਕਿ ਗੋਲੀਬਾਰੀ ਤੋਂ ਬਾਅਦ ਵਿਜੇ ਨੇ ਫੇਸਬੁੱਕ ਤੇ ਪੋਸਟ ਕਰਕੇ ਜ਼ਿੰਮੇਵਾਰੀ ਲਈ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ।